ਆਈ ਇਸਨੇ ਮੇਰਾ ਬੇੜਾ ਪਾਰ ਕੀਤਾ, ਚਰਨਾਂ ਤੇ ਡਿੱਗ ਪਿਆ, ਗਰੀਬ ਨਿਵਾਸ ਛੁਪ ਕੇ ਬੈਠੇ। ਇੱਥੇ ਚਾਨਣ ਹੁੰਦੇ ਆ ਗੁਰਬੇ ਨੂੰ ਢੋਰ ਦੇ ਸੌ ਚੰਦਾ ਉੱਗਵੇ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦੇ ਆ ਸਿੱਧ ਆਏ ਦੰਗੂ ਨਾਨਕ ਪਾਤਸ਼ਾਹ ਦੇ ਕੋਲ। ਮਨ ਕਿਸੀ ਸ਼ੌਕ ਸਿੱਧੀ ਸਿੱਧੀ ਦਾ ਸਿੱਧਾ ਤਾਂ ਨਾ ਕਹਿ ਸਕੇ ਵੀ ਕੋਈ ਕਰਾ ਮਾਤ ਦਿਖਾਓ, ਕਹਿਣ ਲੱਗੇ ਆਓ ਨਾਨਕ ਜੀ ਲੁਕਣ ਮੀਟੀ ਖੇਡੀਏ, ਅਸੀਂ ਲੁਕੀਏ ਤੁਸੀਂ ਸਾਨੂੰ ਲੱਭਣਾ, ਫਿਰ ਤੁਸੀਂ ਲੁਕਣਾ ਅਸੀਂ ਤੁਹਾਨੂੰ ਲੱਭਾਂਗੇ। ਬਾਬੇ ਆਖਿਆ ਸਤਿਵਚਨ, ਸਿੱਧੋ ਗੁਰੂ ਪਹਿਲੇ ਕੌਣ ਲੁਕੇ? ਅਖੇ ਜੀ ਪਹਿਲੀ ਅਸੀਂ ਲੁਕਦੇ, ਕੋਈ ਪਾਤਾਲ ਵਿੱਚ ਜਾ ਬੈਠਾ, ਕੋਈ ਆਕਾਸ਼ੀ ਜਾ ਚੜਿਆ। ਬਾਬੇ ਨੇ ਖੜਾਵਾਂ ਵੱਲ ਤੱਕਿਆ ਤੇ ਆਖਿਆ ਦੋਵੇਂ ਉੱਡ ਜਾਓ, ਜਿਹੜਾ ਪਤਾਲ ਬੈਠਾ ਉਹਨੂੰ ਵੀ ਲਿਆਓ, ਜਿਹੜਾ ਅਰਦਾਸੀ ਕਰਿਆ ਉਹਨੂੰ ਵੀ ਲਿਆਓ। ਬਾਬੇ ਦੇ ਬਚਨ ਨਾਲ ਖੜਾਵਾਂ ਉੱਡ ਗਈਆਂ, ਇੱਕ ਪਤਾਲ ਇੱਕ ਆਕਾਸ਼ ਜਾਂ ਸਿਰ ਵਿੱਚ ਵੱਜੀ ਸਮਾਧੀ। ਕਿਉਂ ਮਾਰਦੀਆਂ ਉਹ? ਅਖੇ ਚੱਲ ਗੁਰੂ ਨਾਨਕ, ਜਿਹੜਾ ਸਿੱਧੀ ਅੱਤੀ ਨਹੀਂ ਆਉਂਦਾ ਉਹਨੂੰ ਐਵੇਂ ਹੀ ਲੈ ਜਾਂਦਾ। ਮਾਰੋ ਮਾਰ ਕਰਦੀਆਂ ਲਿਆਂਦਾ, ਪਰ ਅਜੇ ਵੀ ਇਸ ਮਨ ਵਿੱਚ ਰਹਿ ਗਈ, ਹੁਣ ਤੁਸੀਂ ਲੋਕੋ ਅਸੀਂ ਲੱਭਾਂਗੇ। ਬਾਬੇ ਆਖਿਆ ਬਹੁਤ ਅੱਛਾ, ਮਰਦਾਨੀ ਪੱਲਾ ਫੜ ਲਿਆ, ਰੋ ਪਿਆ ਗਰੀਬ ਨਾਜ, ਤੁਸੀਂ ਨਾ ਛੁਪੋ, ਤੁਸੀਂ ਛੁਪੋਗੇ ਸੰਸਾਰ ਵਿੱਚ ਅੰਧੇਰਾ ਹੋ ਜਾ। ਅੱਗੇ ਵੀ ਅੰਧੇਰਾ ਸੀ, ਸਤਿਗੁਰੂ ਨਾਨਕ ਪ੍ਰਗਟਿਆ ਨਿੱਤੀ ਧੁੰਦ ਜਗ ਚਾਨਣ। ਹੁਣ ਫਿਰ ਛੁਪ ਜਾਓਗੇ, ਮੁੜ ਧੁੰਦ ਸੰਸਾਰ ਵਿੱਚ ਆ ਜਾਏਗੀ, ਚਾਨਣ ਛੁਪ ਜਾਏਗਾ। ਬਾਬੇ ਨੇ ਆਖਿਆ ਹੁਣ ਲੁਕਣ ਮੀਟੀ ਤਾਂ ਖੇਡਣੀ ਆਉਂਦੀ, ਵਾਰੀ ਜੋ ਆ ਗਈ, ਗਰੀਬ ਨਿਵਾਜ ਫਿਰ ਅਸੀਂ ਕਿਆ ਕਰਾਂਗੇ? ਸਾਹਿਬ ਨੇ ਆਖਿਆ ਮੈਂ ਬਾਲੇ ਨੂੰ ਜੁਗਤ ਦੱਸ ਜਾਂਦਾ, ਸਿੱਧ ਮੈਨੂੰ ਨਹੀਂ ਲੱਭ ਸਕਣਗੇ, ਤੇ ਫਿਰ ਬਾਲਿਆ ਤੂੰ ਇੰਝ ਲੱਭ ਲਈ ਪਾਤਸ਼ਾਹ ਕਿਵੇਂ? ਤਾਂ ਸਾਹਿਬ ਨੇ ਕੰਨ ਵਿੱਚ ਆਖਿਆ ਗੱਲ ਪੱਲਾ ਪਾਈ, ਆਸਣ ਵੀ ਪਾਈ, ਅਰਦਾਸ
ਗੁਰੂ ਨਾਨਕ ਨਹੀਂ ਇੱਥੇ ਆਏ, ਰੋਜ਼ ਅਰਦਾਸ ਕਰਦੇ ਹਨ। ਜਿਨ ਆਉਣਾ ਨਹੀਂ ਉਹਨੂੰ ਜਾਣਾ ਕਿਸ ਵਾਸਤੇ? ਵਿਆਹੀ ਦਾ ਇਸੇ ਵਾਸਤੇ ਹੈ ਕਿ ਉਹਨੇ ਆਉਣਾ। ਸਾਡੇ ਅੰਦਰ ਉਹ ਭਾਵਨਾ ਹੈ ਨਹੀਂ ਨਾ, ਅਸੀਂ ਇੱਕ ਰੂਟੀਨ ਬਣਾਇਆ ਹੋਇਆ ਵੀ ਅਰਦਾਸ ਕਰਨੀ ਹੈ। ਗੁਰੂ ਨਾਨਕ ਲਈ ਦਿਆਏ ਕਹਿਣਾ ਹੈ, ਪਰ ਜਿੱਦਣ ਸਾਡੇ ਮਨ ਔਰ ਮੁੱਖ ਨੇ ਦੋਵਾਂ ਨੇ ਇੱਕ ਹੋ ਕੇ ਆਖਿਆ ਗੁਰੂ ਨਾਨਕ ਲਈ ਤੇ ਆਏ, ਬਾਬਾ ਜੀ ਆਖਦੇ ਸਨ ਓਏ ਫੁੱਲ ਤੋੜਨ ਵਿੱਚ ਦੇਰ ਲੱਗਦੀ ਹੈ, ਅੱਖ ਮੀਟ ਕੇ ਖੋਲਣ ਵਿੱਚ ਦੇਰ ਲੱਗਦੀ ਹੈ, ਗੁਰੂ ਨਾਨਕ ਦੇ ਆਉਣ ਵਿੱਚ ਦੇਰ ਕੋਈ ਨਹੀਂ ਲੱਗਦੀ। ਇੱਕ ਅਸਰ ਤੇਰੇ ਵਿੱਚ ਹੈ, ਉਹਦੇ ਵਿੱਚ ਨਹੀਂ। ਤੇਰੀ ਭਾਵਨਾ ਹੈ ਕਿਹੜੀ ਚਾਹ ਘਟ ਗਈ ਹੈ ਸੰਸਾਰ ਚੋਂ, ਬਾਕੀ ਸਭ ਕੁਝ ਹੈ, ਭਾਵਨਾ ਨਹੀਂ। ਭਾਵਨਾ ਨਹੀਂ ਰਹੀ ਤਾਂ ਸਿੱਖ ਧੱਕੇ ਖਾਂਦਾ ਫਿਰਦਾ, ਕਦੇ ਉਹਨੂੰ ਗੁਰੂ ਮੰਨ, ਕਦੇ ਉਹਨੂੰ ਗੁਰੂ ਮੰਨ, ਕਿਤੋਂ ਧਨ ਮੰਗਦਾ ਫਿਰਦਾ, ਕਿਤੋਂ ਪੁੱਤਰ ਮੰਗਦਾ ਫਿਰਦਾ। ਬਈ ਕਿਸੇ ਨੂੰ ਚੇਤਾ ਆਵੇ ਤਾਂ ਕੋਈ ਆਖੇ ਸਾਖੀ ਹੈ ਉਹ ਦਸਾਦ, ਰਾਖੋ ਦੇ ਕਰ ਹਾਥ, ਕਰ ਕਿਰਪਾ ਮੇਲੋ ਹਰ ਰਾਇਆ, ਅਨੇਕ ਅਨੇਕ ਜਨਮ ਭ੍ਰਮੇ ਸਿੱਧ ਨਹੀਂ ਪਾਈ, ਮੈਂ ਅਨੇਕ ਜਨਮ ਭਟਕਿਆ ਮੇਰੇ ਪੈਰ ਨਹੀਂ ਲੱਗੇ। ਵੱਡਾ ਮੁਜਰਮ ਜਿਵੇਂ ਪੁਲਿਸ ਵਜਾਈ ਫਿਰਦੀ ਹੈ, ਕਿਤੇ ਠਹਿਰਨ ਦਾ ਮੌਕਾ ਹੀ ਨਹੀਂ ਮਿਲਦਾ। ਇਸੇ ਤਰ੍ਹਾਂ ਮੈਂ ਮਹਾਪਾਪੀ, ਮੇਰੇ ਕਿਤੇ ਪੈਰ ਨਹੀਂ ਲੱਗੇ। ਅਨੇਕ ਅਨੇਕ ਜਨਮ ਭ੍ਰਮੇ ਸਿੱਧ ਨਹੀਂ ਪਾਈ, ਕਰੋ ਸੇਵਾ ਲਾਗੋ ਗੁਰ ਚਰਨ, ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ। ਕੋਈ ਉਪਾਅ ਅੱਗੇ ਨਹੀਂ ਕੀਤਾ, ਅਸੀਂ ਜੀ ਬੜੇ ਕੀਤੇ ਹਨ, ਅਨੇਕ ਉਪਾਅ ਕਰੋ, ਪਰ ਜਿਤਨੇ ਉਪਾਅ ਕੀਤੇ ਹਨ ਨਾ, ਸਭ ਮਾਇਆ ਵਾਸਤੇ ਕੀਤੇ। ਇੱਕ ਹੱਟੀ ਅੱਗੇ ਬਣੀ ਹੈ, ਇੱਕ ਹੋਰ ਬਣ ਜਾ। ਅਨੇਕ ਉਪਾਅ ਕਰੋ ਮਾਇਆ ਕੋ ਬਚਿੱਤਰ ਭਰੋ, ਤੇ ਮੇਰੀ ਮੇਰੀ ਕਰ ਸਦ ਹੀ ਬਿਹਾਵੈ, ਕੋਈ ਐਸੋ ਰੇ ਬੇਟੇ ਸੰਤ, ਜੋ ਮੇਰੀ ਲਾਹੇ ਸਗਲ ਚਿੰਤ, ਠਾਕਰ ਸਿਓ ਮੇਰਾ ਰੰਗ ਲਾ। ਕਬੀਰ ਦੇ ਮਨ ਇਹ ਸਰਦਾ ਜਾਗੀ, ਕੋਈ ਐਸੋ ਰੇ ਬੇਟੇ ਸੰਤ। ਸੁਣਿਆ ਇਸ ਵੇਲੇ ਰਾਮਾਨੰਦ ਸਵਾਮੀ, ਚਲੋ ਦਰਸ਼ਨ ਕਰੀਏ, ਚਲੋ ਉਹਨਾਂ ਦੇ ਪੈਰੀ ਲੱਗੀਏ, ਚਲੋ ਉਹਨਾਂ ਤੋਂ ਉਪਦੇਸ਼ ਸੁਣੀਏ ਤੇ ਉਸਨੂੰ ਕਮਾਈਏ। ਤੇ ਜਿਸ ਵੇਲੇ ਆਏ ਤਾਂ ਸੇਵਾਦਾਰਾਂ ਨੇ ਆਖਿਆ, ਚੱਲ ਪਿੱਛੇ ਹੱਥ ਜੁਲਾਇਆ ਕਿ ਤੁਹਾਡਾ ਸ਼ੂਦਰ ਹੈ ਤੂੰ, ਔਰ ਉਹ ਬੈਰਾਗੀ ਹਨ ਰਾਮ ਜੀ ਦੇ ਉਪਾਸਕ, ਤੇਰੇ ਪਰਚਾਵੇ ਤੋਂ ਵੀ ਡਰਦੇ ਸਨ, ਸ਼ੂਦਰ ਨੂੰ ਮੱਥੇ ਨਹੀਂ ਲਾਉਂਦੇ। ਵਿਚਾਰਾ ਨਿਰਾਸ਼ਾ ਹੋ ਕੇ ਆ ਗਿਆ, ਸੋਚਦਾ ਹੁਣ ਕਿਆ ਕਰਾਂ, ਇਸ ਜਨਮ ਵਿੱਚ ਮੁਰਾਦ ਪੂਰੀ ਨਾ ਹੋਵੇਗੀ। ਉਹ ਮਨ ਵਿੱਚ ਸੋਚਿਆ ਕਿਉਂ ਨਾ ਹੋਵੇਗੀ, ਇਹ ਦਰਸ਼ਨ ਨਹੀਂ ਹੋਏ ਤਾਂ ਹੋਰ ਜੁਗਤ ਕਰਾਂਗਾ। ਕਿਉਂਕਿ ਕਿਸੇ ਵੇਲੇ ਬਾਹਰ ਵੀ ਨਿਕਲਦੇ ਹਨ, ਅਕੇ ਹਾਂ ਅੰਮ੍ਰਿਤ ਵੇਲੇ ਜਾਂਦੇ ਹਨ ਗੰਗਾ ਤੇ ਇਸ਼ਨਾਨ ਕਰ, ਕੋਈ ਰਾਗ ਸੁੱਤਾ ਪਿਆ ਹੋਵੇ ਉਹਨੂੰ ਜਗਾਉਣ ਦੇ ਚਲੇ ਜਾਂਦੇ, ਕਿਉਂਕਿ ਜਾਗਣ ਵਾਲੇ ਦਾ ਧਰਮ ਹੈ ਜੋ ਜਾਗਿਆ ਉਹ ਜਗਾਏ। ਤਾਂ ਕੋਈ ਵੀ ਪੂਰਨ ਪੁਰਖ ਜੋ ਕਿਤੇ ਪਹੁੰਚਿਆ ਹੈ ਮੰਜ਼ਲ ਤੇ, ਉਸਦਾ ਇਹ ਨਿੱਤ ਕਰਮ ਹੈ ਅੰਮ੍ਰਿਤ ਵੇਲੇ ਉੱਠਣਾ ਤੇ ਇਸ਼ਨਾਨ ਕਰਨਾ। ਰਾਮਾਨੰਦ ਸਵਾਮੀ ਇਸ਼ਨਾਨ ਕਰਨ ਜਾਂਦੇ ਹਨ, ਰਾਹ ਵਿੱਚ ਕੋਈ ਸੁੱਤਾ ਪਿਆ ਉਠਾ ਦੇਣਾ, ਜਿਵੇਂ ਅਮੀਰ ਦਾ ਧਰਮ ਹੈ ਕੋਈ ਭੁੱਖਾ ਹੈ ਗਰੀਬ ਹੈ, ਜਿਹਨੇ ਨਹੀਂ ਖਾਧੀ ਆਪਣੇ ਖਾਣ ਤੋਂ ਪਹਿਲਾਂ ਉਹਨੂੰ ਖਵਾ ਲੈਣਾ। ਇਸੇ ਤਰ੍ਹਾਂ ਜਪਣ ਵਾਲੇ ਦਾ ਧਰਮ ਹੈ ਆਪ ਜਪ, ਅਬਰਾ ਨਾਮ ਜਪਾ।
ਰਾਮਾਨੰਦ ਸਵਾਮੀ ਕਿੰਨੀ ਰਹਿਣ ਵਾਲੀ ਹੈ ਚਮਕਣਕਾਰ ਆਈ ਕਬੀਰ ਦੀ ਪੈਰ ਦੀ ਠੋਕਰ ਮਾਰ ਕੇ ਆਖਿਆ ਉੱਚੀ ਰੇ ਰਾਮ ਕੇ ਰਾਮ ਕਹੋ। ਇਹ ਕੋਈ ਛਾਉਣ ਦਾ ਵੇਲਾ ਇਹ ਜਾਗਣ ਦਾ ਸੁਣਿਆ ਤਾਂ ਜੇ ਯੁੱਗ ਬੀਤ ਗਿਆ ਇਸ ਸਾਉਣ ਦਾ ਫਲ ਤਾਂ ਸਾਨੂੰ ਇਹ ਮਿਲਿਆ ਕਿ ਸਾਡੇ ਜਨਮ ਦੇ ਹਾਲ ਹੁਣ ਜਾਗਣ ਦਾ ਵੇਲਾ ਹੈ ਜਾਗ ਭਾਈ ਜਾਗ। ਇਸ ਗ੍ਰਹਿ ਮੇਂ ਕੋਈ ਜਾਗਤ ਰਹੇ ਸਾਗਤ ਵਸਤ ਤੋ ਆਪਣੀ ਲਖ ਬੂਹੇ ਖੁੱਲੇ ਹੋਣ ਘਰ ਵਾਲੇ ਸੁੱਤੇ ਪਏ ਹੋਣ ਗਲੀ ਵਿੱਚ ਚੋਰ ਫਿਰਦੇ ਹੋਣ ਉਹ ਘਰ ਕਿਵੇਂ ਨਾ ਲੁੱਟਿਆ ਜਾਵੇ ਪਰ ਜੇ ਜਾਗ ਪਵੇ ਕੋਈ ਜੈਸੇ ਚੋਰ ਡਾਗੇ ਜਾਗੇ ਚੋਈ ਰਹੇ ਸੋਈ ਬਣੇ ਸੋ ਰਹੇ ਰੀਤੇ ਘਰ ਦੇਖੇ ਉਸ ਬਰਾਤ ਹੈ ਜੇ ਸੁੱਤਾ ਰਿਹਾ ਤਾਂ ਸਵੇਰੇ ਉੱਠ ਕੇ ਵੇਖੇਗਾ ਘਰ ਖਾਲੀ ਹੈ ਦੁਪਹਿਰ ਦੀ ਠੋਕਰ ਮਾਰ ਕੇ ਆਖਿਆ ਉੱਠੀ ਰੇ ਰਾਮ ਕੇ ਰਾਮ ਕਹੋ ਉਹ ਤਾਂ ਠੋਕਰ ਮਾਰ ਕੇ ਅੱਗਾਂ ਤੁਰ ਗਏ ਤੇ ਕਬੀਰ ਮਹਾਰਾਜ ਉੱਠ ਬੈਠੇ ਕਹਿਣ ਲੱਗੇ ਸੱਚ ਬਚਨ ਮਹਾਰਾਜ ਮੈਂ ਤਾਂ ਤੁਹਾਨੂੰ ਕਿਹਾ ਬੀਤਦਾ ਕੋਈ ਛੋ ਦਿਓ ਪੈਰ ਦੀ ਔਰ ਕੋਈ ਬਚਨ ਬਖਸ਼ੋ ਛੋ ਵੀ ਦਿੱਤੀ ਜੇ ਬਚਨ ਵੀ ਦੇ ਗਏ ਰਾਮ ਕੇ ਰਾਮ ਕਹੋ ਸੱਚ ਬਚਨ ਮੈਂ ਕਹਾਂਗਾ ਤੋ ਕਬੀਰ ਨੇ ਇਤਨਾ ਕਿਹਾ ਇਤਨਾ ਕਿਹਾ ਇਤਨਾ ਕਿਹਾ ਕਿ ਜਪਤ ਜਪਤ ਬੈ ਦੀਨ ਦਇਆ ਇਤਨਾ ਜਪਿਆ ਕਿ ਅਬ ਤੋ ਜਾਏ ਚ ਦੇਸ ਸਿੰਘ ਆਸਨ ਮਿਲਾਏ ਸਾਰੰਗ ਪਾਣੀ ਰਾਮ ਕਬੀਰਾ ਏਕ ਬੈ ਹੈ ਕੋਈ ਨ ਥੱਕੇ ਪਛਾਣੀ ਜਪ ਜਪ ਕੇ ਕਬੀਰ ਰਾਮ ਹੋ ਗਿਆ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਇਹ ਵਿਦ ਕਰਤ ਤਪੱਸਿਆ ਪਇਓ ਦੁਆ ਤੇ ਏਕ ਰੂਪ ਹੋ ਗਏ ਜਿਹਨੂੰ ਜਪੀਏ ਭਾਵਨਾ ਸਹਿਤ ਉਹਦਾ ਰੂਪ ਹੋ ਜਾਏ ਕਬੀਰ ਨੇ ਪਿਆਰ ਨਾਲ ਜਪਿਆ ਤੇ ਰਾਮ ਰੂਪ ਹੋ ਗਿਆ ਰਾਮ ਕਬੀਰੇ ਭੇਦ ਨਾ ਪਾਏ ਜਿਸ ਵੇਲੇ ਇਸ ਮੰਗਲ ਨੂੰ ਕਬੀਰ ਨੇ ਪਾਇਆ ਤਾਂ ਸੋਚਿਆ ਜਿਸਦੀ ਕਿਰਪਾ ਨਾਲ ਇਹ ਦਾਤ ਪ੍ਰਾਪਤ ਹੋਈ ਹੈ ਚਲੋ ਉਸਦਾ ਸ਼ੁਕਰਾਨਾ ਗੁਜ਼ਾਰੀ ਚਲੋ ਉਸਨੂੰ ਚੱਲ ਕੇ ਮੱਥਾ ਟੇਕੀਏ ਉਹਦਾ ਧੰਨਵਾਦ ਕਰੀਏ ਕਿਉਂਕਿ ਸ਼ੁਕਰਾਨਾ ਗੁਜ਼ਾਰੇ ਬਿਨਾਂ ਇਹ ਦਾਤ ਸਫਲ ਨਹੀਂ ਕੀਤੀ ਆਪ ਬਣ ਪਵੇ ਸ਼ੁਕਰਾਨਾ ਨਾ ਗੁਜ਼ਾਰੇ ਆਪਣੇ ਦਾਤੇ ਦਾ ਤਾਂ ਫਿਰ ਕੁਛ ਚਿਰ ਬਾਅਦ ਖਾਲੀ ਹੋ ਜਾਂਦਾ ਉਹ ਆਖਦਾ ਮੇਰੀ ਚਾਹ ਮੈਨੂੰ ਦੇ ਦੇ ਜੋ ਆਪਣੇ ਕੋਲ ਇਹਨੂੰ ਖਾ ਕਿਉਂਕਿ ਮੇਰੇ ਜਿੱਤੇ ਦਾ ਤੂੰ ਸ਼ੁਕਰਾਨਾ ਹੀ ਨਹੀਂ ਕੀਤਾ ਕੋਈ ਰਾਜਾ ਵਜ਼ੀਰ ਸ਼ਿਕਾਰ ਨੂੰ ਗਏ ਰਾਜਾ ਤਾਂ ਸੁਣ ਗਿਆ ਵਜ਼ੀਰ ਸੀ ਜਾਗਦਾ ਦੇਖਿਆ ਕੋਈ ਲੱਕੜ ਹਾਰਾ ਲੱਕੜੀਆਂ ਲੈਣ ਵਾਸਤੇ ਆਇਆ ਬ੍ਰਿਸ਼ ਤੇ ਚੜ ਗਿਆ ਹੱਥ ਵਿੱਚ ਕੁਹਾੜਾ ਕੱਟ ਕੱਟ ਕੇ ਲੱਕੜੀਆਂ ਸੁੱਟੀ ਜਾਂਦਾ ਲੱਕੜੀਆਂ ਕੱਟਦਿਆਂ ਕੱਟਦਿਆਂ ਉਹਦੇ ਦਸਤੇ ਚੋਂ ਕੁਹਾੜਾ ਨਿਕਲ ਗਿਆ ਆਪ ਦ੍ਰਿਸ਼ਤੇ ਹੈ ਕੁਹਾੜਾ ਧਰਤੀ ਤੇ ਜਾ ਪਿਆ ਪਰ ਉਤਰਿਆ ਨਹੀਂ ਚੁੱਕਣ ਵਾਸਤੇ ਉਹਨੂੰ ਇੱਕ ਮੰਤਰ ਯਾਦ ਹੈ
ਉੱਥੇ ਬੈਠੇ ਨੇ ਮੰਤਰ ਪੜਿਆ ਤੇ ਉਹ ਕੁਹਾੜੇ ਦਾ ਜਿਹੜਾ ਫਲ ਸੀ ਉਹ ਉੱਪਰ ਆ ਗਿਆ। ਵਜ਼ੀਰ ਨੇ ਆਖਿਆ ਆਹ ਵਿਦਿਆਤਾ ਲੈਣੀ ਚਾਹੀਦੀ, ਕਿੱਥੇ ਬਹਿ ਕੇ ਇਸਨੇ ਮੰਤਰ ਪੜਿਆ ਏਡਾ ਪਾਰਾ ਕੁਹਾੜਾ, ਮੰਤਰ ਦੀ ਸ਼ਕਤੀ ਨਾਲ ਉੱਡ ਕੇ ਉਹਦੇ ਹੱਥ ਵਿੱਚ ਚਲਾ ਗਿਆ। ਜਿਸ ਵੇਲੇ ਉਹ ਲੱਕੜਹਾਰਾ ਥੱਲੇ ਉਤਰਿਆ, ਵਜ਼ੀਰ ਨੇ ਜਾ ਕੇ ਮੱਥਾ ਟੇਕਿਆ, ਸਵਾਮੀ ਮੈਂ ਤੁਹਾਡਾ ਸੇਵਕ, ਆਹ ਮੰਤਰ ਮੈਨੂੰ ਬਖਸ਼ ਕਿਆ ਕਹਣਾ ਕਿ ਹਾਂ ਤੇ ਮੈਂ ਉਸ ਰਾਜੇ ਦਾ ਵਜ਼ੀਰ, ਇਹ ਮੇਰੀ ਮਾਤਾ ਹੈ, ਥੱਕ ਗਈ ਸੀ ਵਿਚਾਰੀ, ਉਹਨੇ ਆਖਿਆ ਟੋਕਰਾ ਪਹੁੰਚਾ ਦੇ, ਮੈਂ ਇਸ ਵਾਸਤੇ ਗਿਆ ਮੈਂ ਤੈਨੂੰ ਅੱਖੀ ਦੇਖਿਆ, ਤੂੰ ਇੱਕ ਮੰਤਰ ਲੈਣ ਦੇ ਬਦਲੇ ਗੰਦਗੀ ਦਾ ਟੋਕਰਾ ਚੁੱਕਣ ਨੂੰ ਤਿਆਰ ਹੋ ਗਿਆ। ਆਖਿਆ ਵੀ ਤੂੰ ਅੱਜ ਤੋਂ ਮੇਰਾ ਵਜ਼ੀਰ ਕਹੀ, ਕਹਿਣ ਲੱਗਾ ਬਹੁਤ ਅੱਛਾ ਚੰਗਾ ਹੋਇਆ ਵਜ਼ੀਰੀ ਤੋਂ ਹਟਾਇਆ, ਅੱਗੇ ਤਾਂ ਜਪਣ ਦਾ ਫੁਰਸਤ ਹੀ ਨਹੀਂ ਸੀ ਮਿਲਣੀ, ਹੁਣ ਅਕਾਂਤ ਮੈਂ ਕੇ ਜਪਾਂ ਜੀ। ਜਿਸ ਵੇਲੇ ਰਾਜਾ ਪਹੁੰਚਿਆ ਵਜ਼ੀਰ ਬਦਲ ਗਿਆ, ਨਾਲ ਦੀਆਂ ਰਿਆਸਤਾਂ ਨੇ ਸੁਣਿਆ, ਪਹਿਲਾਂ ਵਜ਼ੀਰ ਤਾਂ ਬੜਾ ਕਾਰੀਗਰ ਸੀ, ਸਿਆਣਾ ਸੀ, ਲਾਇਕ ਸੀ, ਉਹਦੇ ਸਾਹਮਣੇ ਸਾਡੀ ਪੇਸ਼ ਨਹੀਂ ਸੀ ਜਾਂਦੀ, ਹਮੇਸ਼ਾ ਸਿਰ ਉੱਚਾ ਰੱਖਿਆ ਸੀ ਤੇ ਤੁਸੀਂ ਚੁੱਕਣ ਦੀਆਂ ਸਲਾਹਾਂ ਦੇ ਰਹੇ, ਉਹੀ ਵਜ਼ੀਰ ਚੰਗਾ ਸੀ। ਰਾਤ ਦਾ ਵੇਲਾ ਸੀ, ਆਣ ਦੂਆ ਸਰਕਾਇਆ ਵਜ਼ੀਰ ਦੂਆ ਖੋ, ਆਖਿਆ ਵਾਲ ਤਾਂ ਰਾਜੂ ਨਹੀਂ ਸਾਹਿਬ, ਜਦਬੂਆ ਖੋਲਿਆ ਆਓ ਰਾਜਨ ਜੀਆ, ਇਸ ਵੇਲੇ ਉਹਨੇ ਆਖਿਆ ਬੜੀ ਬਿਪਤਾ ਬਣੀ ਹੈ, ਗਰੀਬ ਚੜ ਕੇ ਆ ਗਏ ਹੈ, ਜਿਹੜਾ ਨਵਾਂ ਵਜ਼ੀਰ ਬਣਾਇਆ ਸੀ ਉਹਨੇ ਕੁਝ ਕੀਤਾ ਨਹੀਂ ਤੇ ਰਾਜ ਜਾਂਦਾ, ਤੇ ਜੇ ਤੂੰ ਮੇਰਾ ਨਿਮਿਤ ਖਾਧਾ ਹੋਇਆ, ਮੈਂ ਤੈਨੂੰ ਅੱਖੀ ਦੇਖਿਆ, ਤੂੰ ਇੱਕ ਮੰਤਰ ਲੈਣ ਦੇ ਬਦਲੇ ਗੰਦਗੀ ਦਾ ਟੋਕਰਾ ਚੁੱਕਣ ਨੂੰ ਤਿਆਰ ਹੋ ਗਿਆ, ਤਾਂ ਤੂੰ ਮੇਰਾ ਲੂਣ ਖਾਧਾ, ਕੁਝ ਮੇਰੇ ਵਾਸਤੇ ਵੀ ਕਰੇਗਾ, ਉਹਨੇ ਹੱਤਿਆ ਕਰਾਂਗਾ, ਜਾਓ ਰਾਜਾ ਆਰਾਮ ਕਰੋ, ਕੋਈ ਉਪਾਸ ਕੋਈ ਕਰਨ ਦੀ ਲੋੜ ਨਹੀਂ, ਆਪੇ ਕਰ ਲਾਂਗਾ, ਕਰਕੇ ਵੇਖੋ ਜਾਂ ਵੇਖਿਆ ਜਿਹੜਾ ਦੁਸ਼ਮਣ ਚੜ ਕੇ ਆਇਆ ਸੀ ਉਹ ਭੱਜਿਆ ਜਾਂਦਾ। ਪੁੱਛਿਆ ਵਜ਼ੀਰ ਕਿਆ ਜਾਦੂ ਕੀ ਪਈ, ਇਹ ਕਿਵੇਂ ਬਾਜੜ ਪੈ ਗਈ ਦੁਸ਼ਮਣਾਂ ਨੂੰ, ਬਣਿਆ ਸੀ ਤੇ ਟੋਕਰਾ ਚੁੱਕਣ ਨੂੰ ਤਿਆਰ ਹੋ, ਮੈਂ ਉਹ ਮੰਤਰ ਜਪਿਆ ਤੇ ਦੁਸ਼ਮਣ ਦੇ ਕੋਲ ਜਿਤਨਾ ਲੋਹਾ ਸੀ ਮਿਆਨਾ ਉੱਥੇ ਰਹਿ ਗਈਆਂ, ਤਲਵਾਰਾਂ ਮੇਰੇ ਕੋਲ ਆ ਗਈਆਂ, ਮੈਂ ਸਾਰਾ ਲੋਹਾ ਖਿੱਚ ਲਿਆ, ਪਰ ਉਸ ਇੱਕ ਮੰਤਰ ਦੀ ਬਰਕਤ, ਜੇ ਮੈਂ ਉਸ ਵੇਲੇ ਸ਼ੁਕਰਾਨਾ ਨਾ ਗੁਜ਼ਾਰਦਾ ਤਾਂ ਮੰਤਰ ਗਿਆ ਸੀ, ਪਰ ਜਿੰਨਾ ਚਿਰ ਕੋਈ ਸ਼ੁਕਰਾਨਾ ਨਹੀਂ ਗੁਜ਼ਾਰਦਾ ਇਹ ਦਾਤ ਸਫਲ ਨਹੀਂ ਹੋਈ, ਤੇ ਵੱਡਾ ਸ਼ੁਕਰਾਨਾ ਇਹ ਹੈ ਕਿ ਜਿੱਥੋਂ ਪਾਈ ਹੈ ਉਹਦੀ ਬਰਾਬਰੀ ਨਾ ਕਰੇ, ਜੇ ਉਹਦੀ ਬਰਾਬਰੀ ਕਰ ਬੈਠਾ ਤਾਂ ਸਿੰਘ ਬੋਲੋ ਸ੍ਰੀ ਜੀ, ਤਾਂ ਫਿਰ ਕਿਸੇ ਗੱਲ ਜੋਗਾ ਨਾ, ਕੋਈ ਵਿਰਲਾ ਆਪਣੇ ਗੁਰੂ ਦੇ ਚਰਨਾਂ ਤੇ ਸ਼ੁਕਰਾਨੇ ਨਾਲ ਡਿੱਗਦਾ ਹੈ ਤੇ ਆਖਦਾ ਹੈ ਹਸੂ ਕਰ ਤੇਰੇ ਦਰਬਾਰ, ਬਲਕਾਂ ਅੱਗ ਬੰਧਨ ਪਸਾਰ, ਸਾਨੂੰ ਮੇਰਾ ਮਸਤਕ ਪੜ ਲਓ, ਪੂਰਵ ਜਨਮ ਹਨ ਤੁਮਰੇ ਸੇਵਕ, ਮੈਂ ਇੱਕ ਜਨਮ ਦਾ ਤੇਰਾ ਸੇਵਕ ਨਹੀਂ, ਮੈਂ ਪਿਛਲੇ ਜਨਮ ਵੀ ਤੇਰਾ ਹੀ ਸੇਵਕ, ਅਬ ਤੋ ਮਿਟਿਆ ਨਾ ਜਾਈ ਤੇਰੇ ਦੁਆਰੇ ਦੁਨ ਸਹਿਜ ਕੀ, ਮਾਥੇ ਮੇਰੇ ਦਗਾਈ ਅਮਰੇ ਮਸਤਕ ਦਾਗ ਦਗਾਨਾ, ਹਮ ਕਰਜ ਗੁਰੂ ਪਰ ਸੰਦੇ ਸਾਸਿਨ ਬੋਲੋ ਸ੍ਰੀ, ਫਿਰ ਜਪੋ ਸ੍ਰੀ ਵਾਹ। ਕਬੀਰ ਨੇ ਆਖਿਆ ਮਾਂ ਕਬੀਰ ਕੀ ਤੋਂ ਵਿਗੜ ਗਿਆ, ਇੱਥੋਂ ਤੱਕ ਤਾਂ ਹੈ ਸਾਥੀ ਪਰ ਤੂੰ ਇਹ ਨਹੀਂ ਸਮਝਿਆ, ਕਬੀਰ ਵਿਗੜ ਕੇ ਬਣਿਆ ਸੀ, ਸੰਗਤ ਨਾਲ ਮਿਲ ਕੇ ਵਿਗੜ ਜਾਏ, ਜੋ ਕੁਝ ਅੱਗੇ ਬਣੇ ਫਿਰਦੇ ਹਾਂ ਉਹ ਨਾ ਰਹੀਏ, ਕੀ ਬਣ ਜਾਈਏ ਸਿੱਖ ਬਣ ਜਾਏ।
ਸਿਦਕ ਵਾਲੇ ਬਣ ਜਾਈਏ, ਭਰੋਸੇ ਵਾਲੇ ਬਣ ਜਾਈਏ, ਅੰਮ੍ਰਿਤ ਵੇਲੇ ਦੇ ਜਾਗਣ ਵਾਲੇ ਬਣ ਜਾਈਏ, ਜਪਣ ਵਾਲੇ ਬਣ ਜਾਈਏ। ਸ੍ਰੀ ਵਾਹਿਗੁਰੂ।